ਜੇਥੇ ਹੁਣ 4 ਸਾਲ ਤੋਂ ਵੱਧ ਦੇ ਉਮਰ ਦੇ ਬਾਈਕ ਸਵਾਰਾਂ ਨੂੰ ਹੈਲਮਟ ਪਾਉਣਾ ਜਿਹੜਾ ਉਹ ਲਾਜ਼ਮੀ ਕਰ ਦਿੱਤਾ ਗਿਆ ਤਾਂ ਇਹ ਹੁਕਮ ਨੇ ਜਿਹੜੇ ਹਾਈ ਕੋਰਟ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਇਹਨਾਂ ਹੁਕਮਾਂ ਦੇ ਅਨੁਸਾਰ ਜਿਹੜਾ ਹੈਲਮਟ ਹੈ ਉਹ ਵੀ ਕੇਂਦਰ ਸਰਕਾਰ ਦੇ ਤੈਅ ਮਾਪਦੰਡਾ ਅਨੁਸਾਰ ਹੀ ਹੋਣਾ ਚਾਹੀਦਾ ਤਾਂ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਜਿਹੜੇ ਬਾਈਕ ਸਵਾਰਾਂ ਦੀ 4 ਸਾਲ ਤੋਂ ਵੱਧ ਉਮਰ ਹੈ ਤਾਂ ਉਹਨਾਂ ਨੂੰ ਹੈਲਮਟ ਪਾਉਣਾ ਲਾਜ਼ਮੀ ਹੋਵੇਗਾ ਤਾਂ ਜੇ ਹੈਲਮਟ ਨਹੀਂ ਪਾਇਆ ਜਾਂਦਾ ਤਾਂ ਇਸ ਸੂਰਤ ਦੇ ਵਿੱਚ ਚਲਾਣਾ ਜਿਹੜਾ ਉਹ ਵੀ ਕੀਤਾ ਜਾਵੇਗਾ ਤਾਂ ਹਾਈ ਕੋਰਟ ਦੇ ਹੁਕਮਾਂ ਤੋਂ ਸਿਰਫ ਦਸਤਾਰ ਸਜਾਉਣ ਵਾਲੇ ਸਿੱਖ ਮਰਦਾਂ ਅਤੇ ਔਰਤਾਂ ਨੂੰ ਹੀ ਸ਼ੋਰਟ ਹੋਵੇਗੀ ਤਾਂ ਹੁਣ ਹਾਈ ਕੋਰਟ ਦੇ ਵੱਲੋਂ ਚਲਾਨ ਦੇ ਵੇਰਵੇ ਜਿਹੜੇ ਉਹ ਵੀ ਤਲਬ ਕੀਤੇ ਗਏ ਨੇ ਤਾਂ ਮਾਮਲੇ ਦੀ ਅਗਲੀ ਸੁਣਵਾਈਆ ਜਿਹੜੀ ਉਹ 4 ਦਸੰਬਰ ਨੂੰ ਹੋਵੇਗੀ ਤਾਂ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਦੇ ਲਈ ਵੱਡੀ ਖਬਰਾਂ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਹੁਣ 4 ਸਾਲ ਤੋਂ ਵੱਧ ਦੀ ਉਮਰ ਦੇ ਬਾਈਕ ਸਵਾਰਾਂ ਨੂੰ ਹੈਲਮਟ ਪਾਉਣਾ ਲਾਜ਼ਮੀ ਆ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਇਹ ਹੁਕਮ ਨੇ ਜਿਹੜੇ ਹਾਈ ਕੋਰਟ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਇਹਨਾਂ ਹੁਕਮਾਂ ਦੇ ਵਿੱਚ ਜਿਹੜਾ ਹੈਲਮਟ ਕਿਹਾ ਗਿਆ ਤਾਂ ਉਹ ਹੈਲਮਟ ਤभी ਕੇਂਦਰ ਸਰਕਾਰ ਦੇ ਤੈ ਮਾਪ ਦੰਡਾ ਅਨੁਸਾਰ ਹੀ ਹੋਣਾ ਚਾਹੀਦਾ ਤਾਂ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਜਿਹੜੇ ਬਾਈਕ ਸਵਾਰਾਂ ਦੀ ਉਮਰ 4 ਸਾਲ ਤੋਂ ਵੱਧ ਹੈ ਤਾਂ ਉਹਨਾਂ ਬਾਈਕ ਸਵਾਰਾਂ ਨੂੰ ਹੈਲਮਟ ਪਾਉਣਾ ਲਾਜ਼ਮੀ ਹੋਵੇਗਾ ਜੇਕਰ ਉਹ ਹੈਲਮਟ ਨਹੀਂ ਪਾਉਂਦੇ ਤਾਂ ਇਸ ਸੂਰਤ ਦੇ ਵਿੱਚ ਉਹਨਾਂ ਦਾ ਚਲਾਣਾ ਜਿਹੜਾ ਉਹ ਕੀਤਾ ਜਾਵੇਗਾ ਤਾਂ ਹੁਣ ਮਾਪੇ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿਹੜੇ ਉਹਨਾਂ ਦੇ ਬੱਚਿਆਂ ਦੀ ਉਮਰ 4 ਸਾਲ ਤੋਂ ਵੱਧ ਹੈ ਤੇ ਉਹਨਾਂ ਬੱਚਿਆਂ ਨੂੰ ਉਹ ਆਪਣੇ ਮੋਟਰਸਾਈਕਲ ਜਾਂ ਫਿਰ ਸਕੂਟਰੀ ਦੇ ਉੱਪਰ ਲੈ ਕੇ ਜਾ ਰਹੇ ਨੇ ਤਾਂ ਉਹਨਾਂ ਦੇ ਹੈਲਮਟ ਜ਼ਰੂਰ ਪਵਾਉਣ ਜੇਕਰ ਮਾਪੇ ਹੈਲਮਟ ਬੱਚਿਆਂ ਦੇ ਨਹੀਂ ਪਵਾਉਂਦੇ ਤਾਂ ਉਹਨਾਂ ਦਾ ਚਲਾਣਾ ਜਿਹੜਾ ਉਹ ਕੀਤਾ ਜਾਵੇਗਾ ਤਾਂ ਇਸ ਹੁਕਮ ਦੇ ਵਿੱਚ ਦਸਤਾਰ ਧਾਰੀ ਔਰਤਾਂ ਅਤੇ ਮਰਦਾਂ ਨੂੰ ਛੋਟ ਰਹੇਗੀ ਹਾਲਾਂਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਉਹ 4 ਦਸੰਬਰ ਨੂੰ ਹੋਵੇਗੀ ਤਾਂ 4 ਸਾਲ ਤੋਂ ਵੱਧ ਦੇ ਬਾਈਕ ਸਵਾਰਾਂ ਨੂੰ ਹੈਲਮਟ ਪਾਉਣਾ ਜਿਹੜਾ ਉਹ ਲਾਜ਼ਮੀ ਕਰ ਦਿੱਤਾ ਗਿਆ ਤਾਂ ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਕੇਂਦਰ ਸਰਕਾਰ ਨੂੰ ਕਿਹਾ ਕਿ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੁਰੱਖਿਆ ਲਈ ਨਿਯਮ ਨੇ ਜਿਹੜੇ ਉਹ ਬਣਾਏ ਜਾਣੇ ਚਾਹੀਦੇ ਨੇ ਜਿਨ੍ਹਾਂ ਨੂੰ ਇਨ੍ਹਾਂ ਬਾਈਕਾਂ ਤੇ ਲਜਾਇਆ ਜਾ ਰਿਹਾ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਦੀ ਉਮਰ 4 ਸਾਲ ਤੋਂ ਵੱਧ ਹੈ ਤਾਂ ਉਹਨਾਂ ਦੇ ਲਈ ਅਜਿਹੇ ਹੈਲਮਟ ਬਣਾਏ ਜਾਣ ਕਿ ਦੁਰਘਟਨਾ ਦੀ ਸਥਿਤੀ 'ਚ ਸਿਰ ਤੇ ਸੱਟ ਲੱਗਣ ਤੋਂ ਬਚਾਅ ਹੋ ਸਕੇ ਤਾ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਹੈਲਮਟ ਸਿਰਫ ਸਿਰ ਤੇ ਹੀ ਨਹੀਂ ਪਾਉਣਾ ਚਾਹੀਦਾ ਸਗੋਂ ਸਿਰ ਤੇ ਬੰਨਿਆ ਵੀ ਹੋਣਾ ਚਾਹੀਦਾ ਤਾਂ ਹਾਈ ਕੋਰਟ ਦੇ ਵੱਲੋਂ ਹੁਣ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਕਿ ਜਿਹੜੇ ਬਾਈਕ ਸਵਾਰਾਂ ਦੀ 4 ਸਾਲ ਤੋਂ ਵੱਧ ਦੀ ਉਮਰ ਹੈ ਤਾਂ ਉਹਨਾਂ ਨੂੰ ਹੈਲਮਟ ਪਾਉਣਾ ਲਾਜ਼ਮੀ ਹੋਵੇਗਾ ਤਾਂ ਮਾਪੇ ਹੁਣ ਇਸ ਗੱਲ ਦਾ ਖਿਆਲ ਰੱਖਣ ਕਿ ਜਿਹੜੇ ਬੱਚਿਆਂ ਦੀ ਉਮਰ 4 ਸਾਲ ਤੋਂ ਵੱਧ ਦਾ ਤੇ ਮਾਪੇ ਉਹਨਾਂ ਨੂੰ ਆਪਣੇ ਮੋਟਰਸਾਈਕਲ ਜਾਂ ਫਿਰ ਸਕੂਟਰੀ ਦੇ ਉੱਪਰ ਬਿਠਾ ਕੇ ਲਿਜਾ ਰਹੇ ਨੇ ਤਾਂ ਉਹਨਾਂ ਦੇ ਹੈਲਮਟ ਜ਼ਰੂਰ ਪਾਇਆ ਜਾਵੇ ਤਾਂ ਹਾਈ ਕੋਰਟ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਇਹ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਹਾਲਾਂਕਿ ਇਸ ਮਾਮਲੇ ਦੀ ਸੁਣਵਾਈ ਆ ਛੜੀ ਉਹ 4 ਦਸੰਬਰ ਨੂੰ ਹੋਵੇਗੀ ਤਾਂ ਇਸ ਹੁਕਮ ਦੇ ਵਿੱਚ ਜਿਹੜਾ ਹੈਲਮਟ ਪਾਉਣ ਨੂੰ ਕਿਹਾ ਗਿਆ تھا ਉਹ ਹੈਲਮਟ ਵੀ ਕੇਂਦਰ ਸਰਕਾਰ ਦੇ ਵੱਲੋਂ ਤੈਅ ਕੀਤੇ ਮਾਪਦੰਡਾਂ ਦੇ ਅਨੁਸਾਰ ਹੀ ਹੋਣਾ ਚਾਹੀਦਾ ਤੇ ਹਾਈ ਕੋਰਟ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਆ ਕਿ ਹੈਲਮਟ ਸਿਰ ਤੇ ਪਾਇਆ ਹੋਣਾ ਜ਼ਰੂਰੀ ਨਹੀਂ ਸਗੋਂ ਬੰਨਿਆ ਹੋਇਆ ਹੋਣਾ ਵੀ ਜ਼ਰੂਰੀ ਹੈ